ਸਾਸਰੀ ਘਰ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਵੀਰੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਤਿੰਨ ਦਿਨ ਹੋ ਗਏ ਮੀਂਹ ਪਈ ਜਾਂਦੇ ਨੂੰ ਰੁਕਣ ਦਾ ਨਾਮ ਨਹੀਂ ਆ ਦੋ ਕੁ ਮਿੰਟ ਹੋਇਆ ਮੀਂਹ ਰੁਕੇ ਨੂੰ ਤੇ ਇਹਨੂੰ ਫੀਮੇਲ ਬੰਨੀ ਸੀਗੀ ਸ਼ਰਾਦ ਦੀ ਇਹਨੂੰ ਛੱਡਿਆ ਹੁਣ ਮੈਂ ਚਲੋ ਘੁੰਮ ਫਿਰਊਗੀ ਤੇ ਬਾਰਿਸ਼ ਤੁਸੀਂ ਦੇਖੋ ਕਿੰਨੀ ਆ ਆਪਣੇ ਏਰਗੇ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੈ ਤੇ ਆ ਆਪਣੀ ਜਰਮਨ ਸ਼ੈਫਰਡ ਫੀਮੇਲ ਤੇ بارش ਦੇ ਵਿੱਚ ਡੌਗ ਦਾ ਵੀ ਬਹੁਤ ਔਖਾ ਤੇ ਪਸ਼ੂਆਂ ਦਾ ਵੀ ਬਹੁਤ ਔਖਾ ਹੈ ਇਹ ਹੁਣ ਫਰੈਸ਼ ਫਰੂਸ਼ ਹੁੰਦੀ ਹੈ ਫੀਮੇਲ ਆਪਣੀ ਇੱਕ ਇਹਦੀ ਖਾਸੀਅਤ ਹੈ ਵੀ ਫੀਮੇਲ ਆਪਣੀ ਚਾਹੇ ਸਾਰਾ ਦਿਨ ਬੰਨੀ ਰਹੇ ਚਾਹੇ ਸਾਰੀ ਰਾਤ ਬੰਨੀ ਰਹੇ ਇਹ ਕਿੱਲੇ ਦੇ ਉੱਤੇ ਆਪਣਾ ਫਰੈਸ਼ ਨਹੀਂ ਹੁੰਦੀ ਗੰਦਗੀ ਨਹੀਂ ਮਾਰਦੀਗੀ ਇਹਨੂੰ ਜਦੋਂ ਛੱਡਾਂਗੇ ਉਦੋਂ ਹੀ ਫਰੈਸ਼ ਹੋਣਾ ਤੇ بارش ਦੇਖੋ ਤੁਸੀਂ ਇਹਨਾਂ ਦਾ ਥੋੜਾ ਜਿਹਾ ਵੀ ਜਿਹੜਾ ਆਪਣੇ ਬੁਲੀ ਡੌਗ ਆ ਉਹਨਾਂ ਦੀ ਸੰਭਾਲ ਜ਼ਿਆਦਾ ਕਰਨੀ ਪੈਂਦੀ ਏ ਜਦੋਂ بارش ਹੋਵੇ ਠੰਡ ਦੇ ਵਿੱਚ ਤੇ ਬਾਕੀ ਸੰਭਾਲਦਾ ਹਰੇਕ ਡੌਗ ਦੀ ਕਰਨੀ ਮੰਦੀ ਹੈ ਹਰੇਕ ਜਾਨਵਰ ਦੀ ਬਾਕੀ ਥੋੜੇ ਜਿਹੜੇ ਜਰਮਨ ਸ਼ੈਫਰਡ ਹੈ ਇਹ ਠੰਡ ਘੱਟ ਮਣਾਉਂਦੇ ਆ ਇਹਨਾਂ ਨੂੰ ਕੋਈ ਏਡੀ ਪਰਵਾਹ ਨਹੀਂ ਹੁੰਦੀਗੀ ਇਹ ਤਾਂ ਦੂਸਰਾ ਵੀ ਵੀ ਬਾਰਿਸ਼ ਦੇ ਵਿੱਚ ਤਾਂ ਨਹੀਂ ਬੰਨ ਸਕਦੇ ਆਪਾਂ ਕਿਉਂਕਿ ਠੰਡ ਲੱਗਣ ਦਾ ਡਰ ਰਹਿੰਦਾ ਜਾਨਵਰ ਨੂੰ ਸੁੱਕੀ ਜਗ੍ਹਾ ਤੇ ਬੰਨਿਆ ਹੋਵੇ ਜਾਨਵਰ ਨੂੰ ਤੇ ਦੂਸਰਾ ਵੀ ਇਹ ਨਹੀਂ ਆ ਵੀ ਇਹਨੂੰ ਠੰਡ ਠੁੰਡ ਲੱਗ ਜੂਗੀ ਠੰਡ ਠੁੰਡ ਦਾ ਕੋਈ ਚੱਕਰ ਨਹੀਂ ਹੈ ਜਰਮਨ ਸ਼ੈਫਰਡ ਨੂੰ ਤੇ ਬਾਕੀ ਹੁਣ ਛੱਡੀ ਹੈ ਇਹ ਆਪ ਦਾ ਘੁੰਮਦਾ ਫਿਰ ਘੁੰਮਦੀ ਫਿਰਦੀ ਹੈ ਸਾਡੇ ਏਰੀਆ ਦੇ ਵਿੱਚ 3 ਦਿਨ ਹੋ ਗਈ ਬਾਰਿਸ਼ ਨੂੰ ਆ ਦੇਖੋ ਕਿਵੇਂ ਤਲਾਬ ਬਣੇ ਪਿਆ ਏਰੀਆ ਸਾਰਾ ਤੇ ਫਸਲਾਂ ਨੂੰ ਹੁਣ ਇਸ ਤੋਂ ਜ਼ਿਆਦਾ ਬਾਰਿਸ਼ ਹੋ ਗਈ ਤਾਂ ਨੁਕਸਾਨ ਆ ਜ਼ਿਆਦਾ ਤੇ ਫਿਲਹਾਲ ਤਾਂ ਇੰਨੀ ਬਾਰਿਸ਼ ਦਾ ਕੋਈ ਨੁਕਸਾਨ ਨਹੀਂ ਗਾ ਸਾਡੇ ਏਰੀਆ ਦੇ ਵਿੱਚ ਸਰੋਂ ਤੇ ਕਣਕ ਤੇ ਜਾਓ ਚੋਲੇ ਇਹ ਚੀਜ਼ਾਂ ਹੁੰਦੀਆਂ ਤੇ ਇਹ ਜਿਹੜੀਆਂ ਹੁੰਦੀਆਂ ਸਰੋਂ ਹੁੰਦੀ ਐ ਇਹਨੂੰ ਬਾਹਲਾ ਪਾਣੀ ਨੁਕਸਾਨ ਕਰਦਾ ਕਣਕ ਨੂੰ ਵੀ ਜਦੋਂ ਖੜ ਜਾਂਦਾ ਪਾਣੀ ਨੁਕਸਾਨ ਹੀ ਗਣਕ ਨੂੰ ਵੀ ਪੀਲੀ ਪੈਣ ਲੱਗ ਜਾਂਦੀ ਐ ਤੇ ਬਾਕੀ ਬਾਕੀ ਆਪਣੀ ਬੁਲੀ ਫੀਮੇਲ ਥੋੜੀ ਬਿਮਾਰ ਹੋ ਗਈ ਸੀਗੀ ਹੱਦ ਤੱਕ ਪਹਿਲਾਂ ਬਸ ਉਹ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾਗਾ ਉਹਨੂੰ ਬੁਖਾਰ ਹੋ ਗਿਆ ਸੀਗਾ ਬੁਖਾਰ ਦੇ ਨਾਲ ਥੋੜੀ ਠੰਡ ਲੱਗ ਗਈ ਸੀ ਉਹਨੂੰ ਹੁੰਦੀ ਤਾਂ ਵੈਸੇ ਅੰਦਰ ਹੀ ਆ ਉਹ ਪਰ ਇਹ ਜਿਹੜਾ ਬੁਲੀ ਹੁੰਦਾ ਹੈ ਇਹਦੇ ਕੀ ਹੁੰਦਾ ਵਾਲ ਘੱਟ ਹੁੰਦੇ ਆ ਸਰੀਰ ਦੇ ਉੱਤੇ ਤੇ ਇਹਦੀ ਕੇਅਰ ਥੋੜੀ ਠੰਡ ਦੇ ਵਿੱਚ ਜ਼ਿਆਦਾ ਕਰਨੀ ਪੈਂਦੀ ਹੈ ਗਰਮੀ 'ਚ ਇਹ ਚ ਐਡਾ ਕੋਈ ਹੁੰਦਾ ਨਹੀਂ ਬੁਲੀ ਨੂੰ ਗਰਮੀ ਘੱਟ ਲੱਗਦੀ ਹੈ ਜਰਮਨ ਸ਼ੈਫਡ ਨੂੰ ਗਰਮੀ ਦੇ ਵਿੱਚ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਤੇ ਫੀਮੇਲ ਆਪਣੀ ਖਾਲੀ ਨਿਕਲ ਗਈ ਤੇ ਰਾਜੀ ਇਹ ਗਰਮੀ ਦੇ ਵਿੱਚ ਲਿਸੀਆਂ ਹੋ ਜਾਂਦੀਆਂ ਐ ਜਰਮਨ ਸ਼ੈਫਰਡ ਕੋਈ ਵੀ ਐ ਤੇ ਠੰਡ ਦੇ ਵਿੱਚ ਰਾਜੀ ਹੋ ਜਾਂਦੇ ਐ ਇਹ ਤੇ ਇਹ ਜਿਹੜੇ ਹਜੇ ਤੱਕ ਇਹਨਾਂ ਦਾ ਆਮਣਾ ਸਾਹਮਣਾ ਨਹੀਂ ਹੋਇਆ ਗਾ ਬੁਲੀ ਦਾ ਤੇ ਜਰਮਨ ਦਾ ਇਹਨਾਂ ਦਾ ਆਮਣਾ ਸਾਹਮਣਾ ਵੀ ਇੱਕ ਦਿਨ ਕਰਵਾਵਾਂਗੇ ਜਿੱਤੇ ਮੌਸਮ ਸਾਫ਼ ਹੋਇਆ ਤੇ ਇਹ ਕਬੂਤਰਾਂ ਦੀ ਬਾਲਾ ਵੈਰੀ ਬਣੀ ਫਿਰਦੀ ਐ ਇਹ ਤਾਂ ਜਦੋਂ ਛੱਡਨੀ ਆ ਸਾਨੂੰ ਉਦੋਂ ਇਹਦਾ ਖੁੱਡੇ ਦਾ ਧਿਆਨ ਰੱਖਣਾ ਪੈਂਦਾ ਵੀ ਖੁੱਡਾ ਖੁੱਲਣਾ ਨਾ ਹੋਵੇ ਜਦੋਂ ਇੱਕ ਇਹਨੇ ਆਪਣੀ ਦੂਸਰਾ ਚੱਕ ਲਈ ਸੀਗੀ ਫੀਮੇਲ ਉਹ ਦੂਸਰੀ ਕਬੂਤਰੀ ਚੱਕ ਲਈ ਸੀ ਫੀਮੇਲ ਨੇ ਤੇ ਉਹਦੋਂ ਦਾ ਸਾਨੂੰ ਤਾਂ ਬਹੁਤ ਡਰ ਆ ਇਹਦਾ ਤੇ ਸ਼ੈਰੀ ਆ ਜਾ ਖੇਤ ਚਲ ਗੇ ਚੜ ਜਾ ਖੇਤ ਚਲ ਗੇ ਖੇਤ ਚਲ ਕੇ ਚੜ ਜਾ ਇੰਨੇ ਸਿਆਣੇ ਜਾਨਵਰ ਹੈ ਜਰਮਨ ਸ਼ੈਫਰਡ ਤਾਂ ਬਾਲੇ ਜਿੱਦੀ ਇਹਨਾਂ ਦਾ ਬੰਨਣਾ ਪੈਂਦਾ ਜਦੋਂ ਅਜ ਖੇਤ ਜਾਂਦੇ ਆ ਉਦੋਂ ਇਹਨੂੰ ਬੰਨ ਕੇ ਜਾਂਦੇ ਆ ਘਰੇ ਨਹੀਂ ਤਾਂ ਇਹ ਇਹ ਰੇੜੀ ਦੇ ਉੱਤੇ ਚੜ ਜਾਂਦੀ ਹੈ ਟਰੈਕਟਰ ਹੋਵੇ ਰੇੜੀ ਹੋਵੇ ਕੋਈ ਵੀ ਚੀਜ਼ ਹੋਵੇ ਇਹਨੇ ਹਰੇਕ ਚੀਜ਼ ਦੇ ਉੱਤੇ ਚੜ ਜਾਣ ਦਾ ਸਾਧਨ ਤੇ ਬਈ ਮੈਨੂੰ ਵੀ ਖੇਤ ਲੈ ਕੇ ਚੱਲੋ ਤੇ ਨਹੀਂ ਜਾਣਾ ਆ ਜਾ ਥੱਲੇ ਥੱਲੇ ਆ ਜਾ ਆ ਜਾ ਹਾਂ ਬਸ ਇਹ ਜਦ ਫੜ ਲੂਗੀ ਵੀ ਮੈਨੂੰ ਲੈ ਕੇ ਚੱਲੋਂ ਨਾਲ ਤੇ ਪਰ ਖੇਤਾਂ ਨਹੀਂ ਜਾਣਾ ਆਪਾਂ ਕਿਉਂਕਿ ਬਾਰਿਸ਼ ਹੋ ਕੇ ਹੱਡੀ ਐ ਪੱਠੇ-ਪੁੱਠੇ ਲਿਆਉਣ ਦਾ ਕੋਈ ਚਾਂਸ ਹੀ ਨਹੀਂ ਆ ਪਾਣੀ ਖੜਾ ਬਹੁਤ ਤਿੰਨ ਦਿਨ ਹੋ ਗਏ ਬਾਰਿਸ਼ ਹੋਈ ਜਾਂਦੀ ਨੂੰ ਤੇ ਆਪਣੇ ਕਬੂਤਰ ਵੀ ਤੁਹਾਨੂੰ ਦਿਖਾਉਨੇ ਆ ਥੋੜੇ ਜਿਹਾ ਕਬੂਤਰਾਂ ਦਾ ਵੀ ਕਿ ਠੰਡ ਦੇ ਵਿੱਚ ਬੁਰਾ ਹਾਲ ਆ ਕੱਲ ਥੋੜਾ ਜਿਹਾ ਮੌਸਮ ਹੋਇਆ ਸੀਗਾ ਮਾੜਾ ਜਾਂ ਸਾਫ਼ ਤੇ ਉਦੋਂ ਦੂਸਰਾ ਵੀ ਕਬੂਤਰ ਛੱਡੇ ਸੀਗੇ ਉਹ ਤੋਂ ਬਾਹਰ ਖੇਡ-ਖੋਡ ਲੈ ਵਧੀਆ ਤੇ ਹੁਣ ਵਿਚਾਰੇ ਪਰਸੋ ਵੀ ਅੰਦਰ ਸੀਗੇ ਤੇ ਕੱਲ ਵੀ ਸਾਰਾ ਦਿਨ ਅੰਦਰ ਰਹੇ ਆ ਤੇ ਵੈਸੇ ਕਬੂਤਰ ਆਪਣੇ ਸਾਰੇ ਐਕਟਿਵ ਆ ਕੋਈ ਬਿਮਾਰ ਨਹੀਂ ਇਹਨਾਂ ਨੂੰ ਅੰਦਰ ਹੀ ਦਾਣਾ ਪਾਇਆ ਸੀ ਪਰਸੋਂ ਵੀ ਅੱਜ ਵੀ ਅੰਦਰ ਹੀ ਪਾਇਆ ਤੇ ਇਹਨਾਂ ਨੂੰ ਹੁਣ 2-3 ਦਿਨ ਹੋ ਗਏ ਦਾਣਾ ਜ਼ਿਆਦਾ ਕਰਤਾ ਆਪਾਂ ਅੱਗੇ ਵੀ ਆਪਣਾ ਤਾਂ ਦਾਣਾ ਫੁੱਲ ਹੀ ਹੁੰਦਾ ਬਈ ਜਿੰਨਾ ਰੱਜ ਕੇ ਖਾ ਸਕਣ ਉਹਨਾਂ ਹੀ ਪਾ ਦਿੰਨੇ ਆਪਾਂ ਤੇ ਹੁਣ ਥੋੜਾ ਜਿਹਾ ਇਹਨਾਂ ਨੂੰ ਬਾਜਰਾ ਪਾਉਣ ਲੱਗ ਗਏ ਕਿਉਂਕਿ ਠੰਡ ਆ ਗਈ ਹਨਾ ਠੰਡ ਦੇ ਵਿੱਚ ਤੁਹਾਨੂੰ ਪਤਾ ਵੀ ਬਾਜਰਾ ਥੋੜਾ ਗਰਮ ਹੁੰਦਾ ਹੈ ਤੇ ਉਹਦਾ ਕਰਕੇ ਆਪਾਂ ਠੰਡ ਦੇ ਵਿੱਚ ਬਾਜਰਾ ਪਾਉਣ ਲੱਗ ਗਏ ਤੇ ਆ ਆਪਣੇ ਗੰਡੇ ਕਾਣਾਂ ਗੰਡਿਆਂ ਦਾ ਬਸ ਲਾਉਣ ਦਾ ਟਾਈਮ ਹੀ ਲੱਗਿਆ ਇੱਥੇ ਗੰਡੇ ਵੱਡੇ-ਵੱਡੇ ਇਹ ਆਹ ਆਪਣੇ ਕਿਨੂਆਂ ਦੇ ਪੁੱਜੇ ਆਉ ਤਣੀਆਂ ਧੁਨੀਆਂ ਆਹ ਪਾਲਕਾ ਖੇਤ ਜਾਇ ਨਹੀਂ ਜਾਂਦਾ ਹੁਣ ਆਪਣੇ ਜਿਹੜੇ ਛੋਟੇ ਬੱਕਰੀ ਦੇ ਬਠੋਰੇ ਉਹ ਖਾ ਜਾਂਦੇ ਆ ਇੱਥੇ ਲਾਇਆ ਸੀ ਆਪਾਂ ਬੀਟਰੂਟ ਤੇ ਆਹ ਬੀਟਰੂਟ ਦਾ ਉਤੋਂ ਉਤੋਂ ਖਾ ਗਏ ਸੀ ਇਹ ਫਿਰ ਮੈਂ ਦਾਤੀ ਨਾਲ ਵੜਤਾ ਦੁਬਾਰੇ ਫੇਰ ਫੁੱਟਿਆ ਇਹ ਗੁੰਗਲੂ ਦੀ ਕਿਸਮਤ ਚ ਹੀ ਹੈ ਬੀਟਰੂਟ ਇਹ ਖੂਨ ਬਹੁਤ ਬਣਾਉਂਦਾ ਤੇ ਬਾਕੀ ਤੁਹਾਨੂੰ ਹੁਣ ਬੁਲੀ ਦਿਖਾਉਣੀ ਹੈ ਆਪਣੀ ਬੁਲੀ ਫੀਮੇਲ ਅੱਗੇ ਨਾਲ ਬਹੁਤ ਸੈੱਟ ਹੋ ਗਈ ਹੈ ਅੱਗੇ ਵਿੱਚ ਉਹ ਬਿਮਾਰ ਹੋ ਗਈ ਸੀ ਇਹ ਬਹੁਤ ਜ਼ਿਆਦਾ ਤੇ ਇਹਦਾ ਕਰਕੇ ਲੱਸੀ ਵਾਲੀ ਹੋ ਗਈ ਸੀ ਹੁਣ ਦੁਬਾਰੇ ਰਿਕਵਰ ਕਰਨ ਲੱਗ ਗਈ ਐ ਤੇ ਹੁਣ ਆਪਾਂ ਇਹਨੂੰ ਫੇਰ ਦੁਬਾਰੇ ਦੂਸਰਾ ਵੀਕ ਕਰ ਦਿੰਨੇ ਹੁਣ ਜੇ ਮੈਂ ਉੱਧਰ ਗਿਆ ਤਾਂ ਇਹ ਮਰ ਜਾਊਗੀ ਫਿਰ ਇਹਨੇ ਫੜ ਲੈਣਾ ਹੁਣ ਲੜ ਪੈਣੀ ਐ ਇਹਨੂੰ ਬੰਨ੍ਹ ਦਿੰਨੇ ਆ ਪਹਿਲਾਂ ਆਪਾਂ ਫੇਰ ਚੱਲਦੇ ਆ ਉੱਧਰਲੀ ਸਾਈਡ ਮੈਂ ਕਿਹਾ ਜੀ ਥੋੜੀਆਂ ਕਣੀਆਂ ਹਟੀਆਂ ਚਲੋ ਆਪਾਂ ਕਬੂਤਰ ਛੱਡ ਦਿੰਨੇ ਆ ਪਹਿਲਾਂ ਅੱਗੇ ਇਹਨਾਂ ਨੂੰ ਅੰਦਰ ਦਾ ਹਣਾ ਪਤਾ ਹੁਣ ਬਈ ਦੁਬਾਰੇ ਚਲੋ ਬਾਹਰ ਫੇਰ ਛੱਡ ਦਿੰਨੇ ਆ ਇਹਨਾਂ ਨੂੰ ਕਿਉਂਕਿ ਅੰਦਰ ਦਾ ਤੇ ਬਾਹਰ ਦਾ ਬਹੁਤ ਫਰਕ ਹੁੰਦਾ ਹੁਣ ਇਹਨ ਤੁਰ ਫਿਰ ਕੀ ਆਉਦਾ ਵਧੀਆ ਦਾਣਾ ਖਾਣਾ ਤੇ ਨਿਆਰੇ ਨਾਲ ਤੇ ਬੱਚੇ ਆਪਣੇ ਬਾਹਰ ਨਿਕਲਣ ਲੱਗ ਗਏ ਛੋਟੇ ਪੱਠੇ ਇਹ ਉਹ ਦੇਖੋ ਉਹ ਚਪੜਾ ਪੱਠਾ ਤੇ ਇੱਕ ਹੋਰੇ ਪਿੱਛੇ ਦੋ ਪੱਠੇ ਇਹ ਤਿੰਨੇ ਪੱਠੇ ਬਾਹਰ ਆਉਣ ਲੱਗ ਗਏ ਆਪਣੇ ਵਧੀਆ ਤੇ ਵਧੀਆ ਹੁਣ ਬਾਹਰ ਆ ਕੇ ਦਾਣਾ ਚੁਗਣ ਲੱਗ ਗਏ ਨਹੀਂ ਤਾਂ ਅੱਗੇ ਇਹਨਾਂ ਨੂੰ ਹੱਥ ਨਾਲ ਦਾਣਾ ਖਵਾਉਣਾ ਪੈਂਦਾ ਸੀਗਾ ਤੇ ਹੁਣ ਇਹਨਾਂ ਨੂੰ ਆਪਦੀ ਆਪ ਖਾਣ ਲੱਗ ਗਏ ਦਾਣਾ ਵਧੀਆ ਤੇ ਅੱਗੇ ਨਾਲ ਸਵੇਰ 8 ਵਜੇ ਦਾਣਾ ਪਾਇਆ ਸੀ ਅੰਦਰ ਤੇ ਹੁਣ ਫੇਰ ਇਹਨਾਂ ਨੂੰ ਮੈਂ ਚਲੋ ਬਾਹਰ ਦਾਣਾ ਪਾ ਦਈਏ ਫੇਰ ਵਿਚਾਰੇ ਰਾਜ ਲੈਣਗੇ ਮੀਂਹ ਦਾ ਕੀਪ ਤੱਕਦੋਂ ਆਜੇ ਹਨਾ ਤੇ ਹੁਣ ਤੁਹਾਨੂੰ ਬੁਲੀ ਫੀਮੇਲ ਦਾ ਸ਼ੌਂਕ ਕਰਾਉਣਾ ਹੈ ਪਹਿਲਾਂ ਪੱਠੇ ਇਹ ਆਹ ਵੇਖ ਇੱਕਦਾਂ ਚੁੱਕਦੇ ਫਿਰਦੇ ਇਹਨਾਂ ਦਾ ਨੇੜ ਤੋਂ ਸ਼ੌਂਕ ਕਰਾਉਣਾ ਹੈ ਤੁਹਾਨੂੰ ਅੰਦਰ ਜਾਵੜਨਗੇ ਉਹ ਵੇਖੋ ਪੱਠਾ ਆਪਣਾ ਚਪੜਾ ਬਹੁਤ ਸੋਹਣਾ ਪੱਠਾ ਬਹੁਤ ਚੰਗਾ ਤਿਆਰ ਹੋਊਗਾ ਤੇ ਉਹ ਆਪਣਾ ਕਾਲਾ ਪੱਠਾ ਜਿਹੜਾ ਆਪਣੇ ਫੜਿਆ ਸੀਗਾ ਆਪਾਂ ਤੇ ਉਹ ਵੀ ਬਹੁਤ ਉਨੋ ਉਡਾ ਕੇ ਵੇਖਣ ਲੱਗ ਗਏ ਆਪਾਂ ਬਹੁਤ ਸੋਹਣੀਆਂ ਡਾਈਆਂ ਦਿੱਤੀਆਂ ਉਹਨੇ ਸ਼ਾਮ ਤੱਕ ਉੱਡ ਕੇ ਆਉਂਦਾ ਪੱਠਾ ਉਹ ਤੇ ਘਰ ਦਾ ਵੀ ਪੱਕਾ ਹੁਣ ਘਰੇ ਆ ਕੇ ਬਹਿਣ ਲੱਗ ਗਿਆ ਆਪਣੇ ਵਧੀਆ ਤੇ ਕੱਲ ਐਸੇ ਨਾਲ ਦਾ ਇੱਕ ਹੋਰ ਆਇਆ ਸੀਗਾ ਤੇ ਜਦੋਂ ਉਹ ਉਤਰਨ ਲੱਗਿਆ ਉਹਦੋਂ ਮੀਂਹ ਲੈ ਪਿਆ ਉਹ ਫੇਰ ਉੱਡ ਗਿਆ ਉਹ ਵੀ ਬਹੁਤ ਚੰਗਾ ਇਹਦੇ ਜਮ ਕਾਪੀ ਸੀ ਆਪਾਂ ਜਿਹੜਾ ਪਹਿਲਾਂ ਪੱਠਾ ਫੜਿਆ ਸਾਰੇ ਭਾਵਨਾ ਦੇਖਿਆ ਜਮ ਕਾਪੀ ਸੀ ਉਹਦੀ ਤੇ ਪਰ ਉਹ ਨਿਕਲ ਗਿਆ ਪੱਠਾ ਕਿਉਂਕਿ ਕੱਲ ਜਦੋਂ ਉਹ ਉਤਰਨ ਲੱਗਿਆ ਮੀਂਹ ਆ ਗਿਆ ਤੇ ਮੀਂਹ ਦਾ ਕਰਕੇ ਉਹ ਉਤਰਿਆ ਨਹੀਂ ਗਿਆ ਤੇ ਬਾਕੀ ਕਬੂਤਰਾਂ ਕੋਲੇ ਦਾਣਾ ਪਿਆ ਵਾਧੂ ਤੇ ਇੱਧਰ ਪਿਆ ਉਹ ਪਾਣੀ ਤੇ ਤੁਹਾਨੂੰ ਹੁਣ ਫੀਮੇਲ ਦਾ ਸ਼ੌਂਕ ਕਰਾਉਨੇ ਆਪਾਂ ਬੁਲੀ ਦਾ ਉਹ ਵਿਚਾਰੀ ਬਿਮਾਰ ਹੋ ਗਈ ਸੀਗੀ ਬਿਮਾਰ ਹੋਣ ਦਾ ਕਰਕੇ ਥੋੜੀ ਲਿਸੀ ਹੋ ਗਈ ਉਹ ਤੇ ਹੁਣ ਹੌਲੀ ਹੌਲੀ ਰਿਕਵਰ ਕਰਦੀ ਆਉਂਦੀ ਆ ਉਹਨੂੰ ਬੁਖਾਰ ਬਹੁਤ ਤੇਜ਼ ਹੋ ਗਿਆ ਸੀ ਪਤਾ ਨਹੀਂ ਕੀ ਕਾਰਨ ਹੋਇਆ ਬੜਾ ਤੇਜ਼ ਬੁਖਾਰ ਹੋ ਗਿਆ ਸੀ ਤੇ ਬਾਕੀ ਤੁਸੀਂ ਆਹ ਦੇਖ ਸਕਦੇ ਆ ਪਸ਼ੂਆਂ ਦਾ ਵਿਚਾਰਾਂ ਦਾ ਕੋਈ ਹਾਲ ਨਹੀਂ ਸਾਰੇ ਪਸ਼ੂ ਅੰਦਰ ਦੋ ਦਿਨ ਹੋ ਗਏ ਪਸ਼ੂ ਅੰਦਰ ਕੱਲ ਦੁਪਹਿਰੇ ਮੀਂਹ ਹਟਿਆ ਸੀ ਉਸ ਤੋਂ ਬਾਅਦ ਕੱਢੇ ਸੀ ਪਸ਼ੂ ਤੇ ਫੇਰ ਮੀਂਹ ਆ ਗਿਆ ਫੇਰ ਅੰਦਰ ਕਰਨੇ ਪਏ ਤੇ ਹੁਣ ਸਵੇਰ ਇੱਕ ਵਾਰ ਬਾਹਰ ਕੱਢੇ ਸਵੇਰ ਫੇਰ ਮੀਂਹ ਆ ਗਿਆ ਤੇ ਆ ਦੇਖੋ ਪੱਠੇ ਵੀ ਨਹੀਂ ਲਿਆਂਦੇਗੇ ਕਿ ਦੋ ਦਿਨ ਹੋ ਗਏ ਕਿਉਂਕਿ ਮੀਂਹ ਬਹੁਤ ਜ਼ਿਆਦਾ ਹਟਿਆ ਨਹੀਂ ਮੀਂਹ ਤੇ ਆਪਣੀ ਬੁੜੀ ਫੀਮੇਲ ਇਹਨੂੰ ਇੱਥੇ ਅੰਦਰ ਬੰਨਿਆ ਵਿਚਾਰੀ ਨੂੰ ਮੈਂ ਹੈਨਾ ਠੰਡ ਠੰਡ ਨਾ ਲੱਗ ਜੇ ਫੇਰ ਦੁਬਾਰੇ ਤੇ ਹੁਣ ਬਹੁਤ ਰਿਕਵਰ ਕਰ ਗਈ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਨਹੀਂ ਤਾਂ ਇਹ ਹੱਡੀਆਂ ਦਾ ਢਾਂਚਾ ਬਣ ਗਿਆ ਇਹਦੇ 4 ਦਿਨ ਟ੍ਰੀਟਮੈਂਟ ਚੱਲਿਆ ਪੂਰਾ ਪੂਰਾ 4 ਦਿਨ ਟ੍ਰੀਟਮੈਂਟ ਇਹਦਾ ਫੇਰ ਜਾ ਕੇ ਸੈੱਟ ਹੋਈ ਏ ਇਹ ਬੁਲੀ ਫੀਮੇਲ ਆਪਣੀ ਇਹ ਹੀਟ ਚ ਨਹੀਂ ਆਈ ਹਜੇ ਹੀਟ ਚ ਆਵੇ ਤੈਨੂੰ ਭرائیਏ ਤੇ ਭਰਾਵਾਂ ਨੂੰ ਆਪਾਂ ਬੱਚੇ ਗਿਫਟ ਕਰੀਏ ਤੇ ਹੀਟ ਚ ਨਹੀਂ ਆਈ ਹਜੇ ਤੱਕ ਇਹ ਹੁਣ ਆਪਣੇ ਇੱਕ ਤਾਂ ਆਪਣੇ ਪਿੰਡ ਤੁਸੀਂ ਡੌਗ ਦੀ ਵੀਡੀਓ ਵੇਖੀ ਸੀਗੀ ਪਿੱਛੇ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਉਹ ਵੀਡੀਓ ਵੇਖਣੀ ਹੋਈ ਤਾਂ ਉਹ ਡੌਗ ਵੀ ਬਹੁਤ ਚੰਗਾ ਹੈ ਉਹ ਪਾਕਿਸਤਾਨੀ ਬੁਲੀ ਦਾ ਬੱਚਾ ਹੈ ਬਹੁਤ ਫਾਈਟਰ ਉਹਦਾ ਫਾਦਰ ਸੀ ਜਿਹੜਾ ਬਹੁਤ ਫਾਈਟਰ ਸੀ ਉਹਦੀ ਮਦਰ ਵੀ ਬਹੁਤ ਚੰਗੀ ਸੀਗੀ ਤੇ ਆਪ ਮੇਰਾ ਦਾ ਉਸ ਤੋਂ ਕਰਾਸ ਕਰਾਵਾਂਗਾ ਨਹੀਂ ਤਾਂ ਤਿੰਨ ਚਾਰ ਡੌਗ ਹੋਰ ਆਪਣੀ ਨਿਗਾਹ ਦੇ ਵਿੱਚ ਉਹਨਾਂ ਤੋਂ ਕਰਾਸ ਕਰਾਵਾਂਗੇ ਤੇ ਬਾਕੀ ਜਦੋਂ ਇਹਨੇ ਹਿੱਟ ਚਾਉਣਾ ਉਦੋਂ ਰਿਕਵਰ ਹੋ ਜੂਗੀ ਤੇ ਫੀਮੇਲ ਆਪਣੀ ਵਧੀਆ ਸਿਆਣੀ ਹੈ ਇੱਕ ਇਹਦਾ ਨਜ਼ਾਰਾ ਹੋਰ ਹੈ ਇਹ ਗਵੇਕੀਸੇ ਨੂੰ ਖਾਂਦੀ ਖੁੰਦੀ ਨਹੀਂ ਹੁਣ ਮੈਂ ਇਹਨੂੰ ਬਾਹਰ ਲਿਜਾ ਕੇ ਖੁੱਲੀ ਛੱਡ ਦੂੰਗਾ ਇਹ ਪਰ ਇਹ ਐ ਨਹੀਂਗਾ ਵੀ ਕਿਸੇ ਨੂੰ ਫੜ ਲੂਗੀ ਤੇ ਇਹਨੂੰ ਬਾਹਰ ਲੈ ਕੇ ਚੱਲਦੇ ਹੁਣ ਤੁਹਾਨੂੰ ਖੁੱਲੀ ਛੱਡ ਕੇ ਬਾਹਰ ਜਾ ਕੇ ਖੁੱਲੀ ਛੱਡਦੇ ਹਾਂ ਇਹਨੂੰ ਤੇ ਤੁਹਾਨੂੰ ਦਿਖਾਉਂਦੇ ਆਂ ਫੇਰ ਕਈ ਬਰਾ ਕਹਿੰਦੇ ਆ ਵੀ ਠੰਡ ਆ ਗਈ ਕਬੂਤਰਾਂ ਨੂੰ ਨਿੱਗਾ ਪਾਣੀ ਪਾਓ ਤੇ ਕਬੂਤਰਾਂ ਨੂੰ ਜਿਹੜਾ ਖੁੱਡਾ ਉਹਨੂੰ ਜਮਾਂ ਬੰਦ ਕਰ ਦਿੰਦੇ ਆ ਪੱਲੀਆਂ ਪੁੱਲੀਆਂ ਪਾਉਂਦੇ ਆ ਚਾਰ ਸ਼ਫੇਰੇ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਅੱਗੇ ਸਿਆਣੇ ਕਹਿੰਦੇ ਹੁੰਦੇ ਨਾ ਵੀ ਕੋਈ ਠੰਡ ਦੇ ਵਿੱਚ ਖੇਸੀ ਨਹੀਂ ਲੈਂਦਾ ਸੀ ਜਾਂ ਕੋਈ ਸਵਾਟਰ ਨਹੀਂ ਪਾਉਂਦਾ ਹੁੰਦਾ ਸੀਗਾ ਤੇ ਸਿਆਣੇ ਕਹਿੰਦੇ ਹੁੰਦੇ ਸੀ ਯਾਰ ਪਤਾ ਨਹੀਂ ਇਹਨੇ ਕੀ ਕਬੂਤਰ ਖਾਦੇ ਜਿਹੜਾ ਕੁਝ ਲੈਂਦਾ ਨਹੀਂ ਉੱਤੇ ਕਿਉਂਕਿ ਕਬੂਤਰ ਗਰਮੀ ਇੰਨਾ ਹੁੰਦਾ ਕਿ ਆਪਾਂ ਉਹਦੀ ਗਰਮੀ ਦਾ ਹਿਸਾਬ ਨਹੀਂ ਲਾ ਸਕਦੇਗੇ ਆਹ ਆਪਣੇ ਇੱਕ ਉਹ ਸਾਹਮਣੇ ਜਿਹੜਾ ਬੈਠਾ ਦੋਨੇ ਪੱਠੇ ਆ ਹਜੇ ਚੀਂਚੀਂ ਕਰਦੇ ਦੋਨੇ ਪੱਠੇ ਤੇ ਆਹ ਦੇਖ ਸਕਦੇ ਤੁਸੀਂ بارش ਪੈ ਕੇ ਹਟੀਏ ਤੇ بارش ਦਾ ਕਰਕੇ ਜਿੱਥੇ ਇਹਨਾਂ ਨੂੰ ਦਾਣੇ ਪਾਈਦੇ ਉੱਤੇ ਪਾਣੀ ਖੜ ਗਿਆ ਹਨਾ ਤੇ ਪਾਣੀ ਖੜਨ ਦੇ ਕਾਰਨ ਇਹਨਾਂ ਨੂੰ ਛੱਡਿਆ ਹੁਣ ਬਾਹਰ ਦਾਣੇ ਚੁਗੀ ਜਾਂਦੇ ਆ ਤੇ ਉਹ ਪੱਠਾ ਜੇ ਮਹੀਨੇ ਦਾ ਵੀ ਨਹੀਂ ਹੋਇਆਗਾ ਤੇ ਤੁਸੀਂ ਦੇਖੋ ਸਾਰੇ ਆਪ ਦਾ ਨਾਉਂਦੇ ਐਨਜੋਏ ਕਰੀ ਜਾਂਦੇ ਸਾਰੇ ਬਾਕੀ ਪਾਣੀ ਵੀ ਇੱਥੇ ਪਿਆ ਹੁੰਦਾ ਆ ਦੇਖੋ ਪਾਣੀ ਵੀ ਪਿਆ ਇੱਥੇ ਵੀ ਨਾਉਂਦੇ ਆ ਇਹ ਇਹਨਾਂ ਨੂੰ ਡੇਲੀ ਨਹਾਉਣਾ ਹੀ ਨਹਾਉਣਾ ਇਹਨਾਂ ਨੇ ਤੇ ਬਾਕੀ ਤੁਸੀਂ ਦੇਖੋ ਅੱਜ ਠੰਡ ਕਿੰਨੀ ਆ بارش ਪੈ ਕੇ ਹੁਣੀ ਹਟਈ ਐ ਤੇ ਜਿਹੜੇ ਭਰਾ ਕਹਿੰਦੇ ਆ ਨਾ ਵੀ ਕਬੂਤਰਾਂ ਨੂੰ ਦੂਸਰਾ ਵੀ ਬੰਦ ਹੀ ਕਰ ਦਿੰਦੇ ਖੁੱਡਾ ਚਾਰ ਚਪੇਰਿਓਂ ਕਬੂਤਰਾਂ ਦੇ ਖੁੱਡੇ ਦੇ ਵਿੱਚ ਐ ਗੈਂਸ ਬਣਾਉਂਦੇ ਜਮਾ ਪੱਲੀਆਂ ਪੁੱਲੀਆਂ ਪਾ ਕੇ ਤੇ ਇਹ ਵੀਡੀਓ ਉਸ ਭਰਾ ਨੂੰ ਜ਼ਰੂਰ ਦਿਖਾਓ ਆ ਠੰਡ ਦੇ ਵਿੱਚ ਮੀਂਹ ਤੁਹਾਨੂੰ ਮੈਂ ਦਿਖਾ ਦਿੰਨਾ ਆ ਦੇਖੋ ਮੀਂਹ ਪਿਆ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੀ ਮੀਂਹ ਪਿਆ ਅੱਜ ਤੇ ਸਾਰੇ ਸਾਰੇ ਇੰਡੀਆ ਦੇ ਵਿੱਚ ਹੀ ਮੀਂਹ ਐ ਪਾਕਿਸਤਾਨ ਦੇ ਵਿੱਚ ਵੀ ਐ ਤੇ ਵੇਖੋ ਤੁਸੀਂ ਕਬੂਤਰ ਨਾਉਂਦੇ ਮੈਂ ਕਦੇ ਆਹ ਖੁੱਡਾ ਆਪਣਾ ਪੱਲੀ ਨਹੀਂ ਪਾਈਗੀ ਇਹਦੇ ਮੂਰੇ ਤੇ ਕਬੂਤਰਾਂ ਦੇ ਵਿੱਚ ਗਰਮੀ ਇੰਨੀ ਹੁੰਦੀ ਆ ਵੀ ਇਹਨਾਂ ਨੂੰ ਇੰਨੀ ਦੂਸਰਾ ਵੀ ਲੋਡ ਨਹੀਂ ਹੁੰਦੀ ਠਗਨ ਦੀ ਬਾਲ ਜਿੰਨਾ ਆਪਾਂ ਠਗਦੇ ਆ ਖੁੱਡੇ ਦੇ ਵਿੱਚ ਬਿਠਾ ਹੁੰਦੀਆਂ ਉੰਨੀ ਜਿਆਦਾ ਗੈਸ ਬੰਦੀ ਹੈ ਗੈਸ ਦਾ ਕਰਕੇ ਉੰਨੀ ਹੀ ਜਿਆਦਾ ਬਿਮਾਰੀਆਂ ਆਉਂਦੀਆਂ ਤੇ ਆਪਾਂ ਦੂਸਰਾ ਰੱਬ ਦਾ ਬਹੁਤ ਬਹੁਤ ਸ਼ੁਕਰ ਆ ਆਪਣੇ ਕਬੂਤਰਾਂ ਨੂੰ ਹਜੇ ਤੱਕ ਬਿਮਾਰੀ ਨਹੀਂ ਆਈਗੀ ਜਮਾਂ ਡੱਕੇ ਦੀ ਬਿਮਾਰੀ ਵੀ ਨਹੀਂ ਆਈ ਇਹਨਾਂ ਨੂੰ ਜ਼ਖਾਮ ਵੀ ਨਹੀਂ ਲੱਗਾਗਾ ਇਹਨਾਂ ਨੂੰ ਕਬੂਤਰਾਂ ਨੂੰ ਤੇ ਆ ਤੁਹਾਡੇ ਸਾਹਮਣੇ ਆ ਮੈਂ ਡੇਲੀ ਨਹਾਉਂਦੇ ਆ ਇਹ ਡੇਲੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ ਕਬੂਤਰ ਨਹਾਉਣ ਤਾਂ ਉਹਨਾਂ ਨੂੰ ਰੋਕਣਾ ਨਹੀਂ ਆ ਵੀ ਕਬੂਤਰਾਂ 'ਚ ਗਰਮੀ ਇੰਨੀ ਜ਼ਿਆਦਾ ਹੁੰਦੀ ਆ ਆਪਦਾ ਵੀ ਉਹ ਦੂਸਰਾ ਆਪਦੇ ਆਪ ਦੇ ਵਿੱਚ ਇੰਨੀ ਹੀਟ ਹੁੰਦੀ ਆ ਵੀ ਉਹਨਾਂ ਨੂੰ ਨਹਾਉਣ ਜ਼ਰੂਰੀ ਹੁੰਦਾ ਜੇ ਨਹੀਂ ਨਹਾਉਂਦੇ ਕੋ ਬਿਮਾਰ ਹੋ ਜਾਂਦੇ ਕਬੂਤਰ ਤੇ ਆਪਾਂ ਕਹਿ ਦਿੰਨੇ ਯਾਰ ਠੰਡ ਆ ਯਾਰ ਠੰਡ ਦੇ ਵਿੱਚ ਕਬੂਤਰਾਂ ਬਾਹਰ ਨਾ ਕੱਢੋ ਉਹਨਾਂ ਦੇ ਪੱਲੀਆਂ ਪਾ ਕੇ ਰੱਖੋ ਐ ਕਰੋ ਜੋ ਕਰੋ ਤੇ ਪਰ ਆ ਤੁਹਾਡੇ ਸਾਹਮਣੇ ਆ ਆ ਦੂਸਰਾ ਆਪਣੇ ਜਨਵਰੀ ਦਾ ਮਹੀਨਾ ਆ ਤੇ ਅੱਜ ਜਿੰਨੀ ਆ ਅੱਜ ਦੇ ਦਿਨ ਠੰਡ ਹੈ ਇੰਨੀ ਸਾਰੇ ਸਿਆਲ ਦੇ ਵਿੱਚ ਠੰਡ ਨਹੀਂ ਪਈਗੀ ਤੇ ਕਬੂਤਰ ਤੁਸੀਂ ਦੇਖ ਸਕਦੇ ਆ ਉਹ ਪੱਠੇ ਆ ਜੇ ਉਹ ਜਿਹੜਾ ਫੰਗ ਮਾਰੀ ਜਾਂਦਾ ਪੱਠਾ ਜੇ ਮਹੀਨੇ ਦਾ ਵੀ ਨਹੀਂ ਹੋਇਆਗਾ ਉਹ ਤੇ ਤੁਸੀਂ ਦੇਖ ਸਕਦੇ ਪੱਠੇ ਨਾ ਆ ਕੇ ਉਹ ਪੱਠੇ 2 3 4 ਚਾਰ ਪੱਠੇ ਆ ਤੇ ਦੋ ਵੱਡੀਆਂ ਕਬੂਤਰੀਆਂ ਤੇ ਇੱਕ ਉਹ ਪੱਠਾ ਜਿਹੜਾ ਚਪੜਾ ਉਹ ਵੀ ਹੁਣ ਆਊਗਾ ਉਹ ਦਾਣੇ ਚੁਗਦਾ ਫਿਰਦਾ ਜਿਹੜਾ ਤੇ ਇਹਨਾਂ ਨੂੰ ਜਿਵੇਂ ਨੇਚਰਲੀ ਵੀ ਆਪਾਂ ਇਹਨਾਂ ਨੂੰ ਛੱਡ ਦੀਏ ਨਾ ਆਪਦੀ ਆਪ ਇਹਨਾਂ ਨੂੰ ਕਰਨ ਦੇ ਜਿਹੜਾ ਕੁਝ ਕਰਦੇ ਆ ਉਹ ਸਭ ਤੋਂ ਬੈਸਟ ਹੁੰਦਾ ਕਬੂਤਰਾਂ ਵਾਸਤੇ ਤੇ ਆ ਤੁਹਾਡੇ ਸਾਹਮਣੇ ਹੀ ਆਪਾਂ ਇਹਨਾਂ ਨੂੰ ਕਿਹੜਾ ਵੀ ਧੱਕੇ ਨਾਲ ਨਵਾ ਰਹੇ ਆ ਜਾਂ ਆਪਾਂ ਨਹੀਂ ਪਿਆ ਸੀ ਇਹਨਾਂ ਨੂੰ ਛੱਡਿਆ ਤੇ ਆ ਵੇਖੋ ਨਹਾਈ ਜਾਂਦੇ ਪਾਣੀ ਦੇ ਵਿੱਚ ਮੌਜ ਨਾਲ ਤੇ ਬਾਕੀ ਮੈਂ ਵੀ ਸਾਰੇ ਭਰਾਵਾਂ ਨੂੰ ਕਹੂੰਗਾ ਵੀ ਇੰਨਾ ਡਰਿਆ ਨਾ ਕਰੋ ਠੰਡ ਕਬੂਤਰਾਂ ਨੂੰ ਜਮਾਂ ਨਹੀਂ ਲੱਗਦੀਗੀ ਇਹਨਾਂ ਨੂੰ ਠੰਡ ਠੰਡ ਮਹਿਸੂਸ ਹੀ ਨਹੀਂ ਹੁੰਦੀ ਨਾ ਕਬੂਤਰਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਸਮਾਂ ਦੀ ਜੇ ਆਪਾਂ ਇਹ ਨਹਾਉਦੇ ਨਹੀਂ ਤਾਂ ਉਦੋਂ ਜ਼ਿਆਦਾ ਇਹਨਾਂ ਬਿਮਾਰ ਹੁੰਦੇ ਆ ਇਹਨਾਂ ਨੂੰ ਨਹਾਉਂਦਿਆ ਕਰੋ ਇਹਨਾਂ ਨੂੰ ਰੁੱਕਿਆ ਨਾ ਕਰੋ ਇਹਨਾਂ ਨੂੰ ਆਦਾ ਸਰੀਰ ਜਿਹੜਾ ਨਹਾ ਕੇ ਖੋਲਣਦਿਆ ਕਰੋ ਹੁਣ ਬੰਦਾ ਬੰਦਾ ਜੇ ਨਾ ਨਹਾਊਗਾ 2-4 ਦਿਨ ਤੇ ਆਪਣਾ ਸਰੀਰ ਕਿਵੇਂ ਹੋ ਜਾਂਦਾ ਹਨਾ ਜਿਹੜਾ ਬੰਦਾ ਡੇਲੀ ਨਹਾਉਂਦਾ ਤੇ ਉਹ ਐਨ ਸਰੀਰ ਖੜਿਆ ਰਹਿੰਦਾ ਸਰੀਰ ਹੌਲਾ ਹੋ ਜਾਂਦਾ ਬੰਦੇ ਦਾ ਨਹਾਉਣ ਨਾਲ ਤੇ ਉਹੀ ਹਿਸਾਬ ਕਬੂਤਰਾਂ ਦਾ ਤੇ ਆਓ ਜੀ ਫੀਮੇਲ ਖੁੱਲੀ ਛੜਤੀ ਤੇ ਘੁੰਮਦੀ ਫਿਰਦੀ ਆ ਤੇ ਪਿੰਡ ਦੇ ਵਿੱਚ ਮੀਂਹ ਦਾ ਕਰਕੇ ਜਿਵੇਂ ਸ਼ਾਂਤ ਮਾਹੌਲ ਆ ਕਿਤੇ ਕੋਈ ਬੰਦਾ ਨਹੀਂ ਇਹ ਕੱਜ ਆਪਣੇ ਪਿੰਡ ਅਖੰਡ ਪਾਠ ਸਾਹਿਬ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਜਿਹੜਾ ਹਰ ਸਾਲ ਹੁੰਦਾ ਅਖੰਡ ਪਾਠ ਸਾਹਿਬ ਉਹ ਰੱਖੇ ਹੋਏ ਅੱਜ ਤੇ ਪਰਸ ਨੂੰ ਭੋਗ ਪੈਣਗੇ ਤੇ ਅੱਜ ਰਾਤ ਨੂੰ ਡਿਊਟੀ ਆਪਣੀ ਵੀ ਉੱਥੇ ਹੀ ਆ ਉੱਥੇ ਜਾਵਾਂਗੇ ਤੇ ਬਾਕੀ ਫੀਮੇਲ ਫਿਰਦੀ ਖੁੱਲੀ ਹਾਈਟ ਦਾ ਬਹੁਤ ਆ ਫੀਮੇਲ ਦੀ ਇਹ ਤਾਂ ਜਦੋਂ ਭਰ ਗਈ ਫੁੱਲ ਤਿਆਰ ਹੋ ਜਾਣਾ ਇਹਨੇ ਤਿਆਰ ਵਧੀਆ ਹੋ ਗਈ ਸੀ ਫੀਮੇਲ ਆਪਾਂ ਬਿਮਾਰਤਾ ਕਰਕੇ ਫੇਰ ਵਿਚਾਰੀ ਦੁਬਾਰੇ ਹੋ ਗਈ ਢਿੱਲੀ ਤੇ ਹੁਣ ਇਹਨੂੰ ਛੱਡੇ ਤੇ ਖੁੱਲੀ ਤੇ ਇਹਨੂੰ ਡਾਈਟ ਦੇਈ ਜਾਂਦੇ ਆ ਤੇ ਹੁਣ ਹੋ ਜੂਗੀ ਤਿਆਰ ਫੇਰ ਦੁਬਾਰੇ ਚੰਗੀ ਫੀਮੇਲ ਆ ਚੰਗੇ ਆਪਣੇ ਜਿਹੜੇ ਕੋਲ ਆਪਣਾ ਜਿਹੜਾ ਅਡਾਪਟ ਕੀਤਾ ਸੀ ਆਪਾਂ ਡੌਗ ਉਸ ਬਲੱਡ ਲਾਈਨ ਦੀ ਆ ਇਹ ਵੀ ਜਿਹੜਾ ਪਾਕਿਸਤਾਨ ਚੋਂ ਇੰਪੋਰਟ ਹੋਇਆ ਸੀਗਾ ਉਹ ਇਹਦਾ ਔਫ ਲਾਈਨ ਦੀ ਇਹ ਕਬੂਤਰੇ ਲਾਈਨ ਦੀ ਤੇ ਬਹੁਤ ਚੰਗੀ ਬਲੱਡ ਲਾਈਨ ਦੀ ਹੈ ਬਾਕੀ ਆਪਣੇ ਕੋਲੇ ਆਪਣੇ ਭਰਾਵਾਂ ਕੋਲ ਡੌਗ ਹੈਗੇ ਬਹੁਤ ਚੰਗੇ ਤੇ ਕਰਾਸ ਕ੍ਰਾਉਨ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਬੱਚੇ ਜਿੰਨੇ ਜਿਆਦੇ ਦਊਗੀ ਉਹਨੇ ਭਰਾਵਾਂ ਨੂੰ ਆਪਾਂ ਗਿਫਟ ਕਰ ਸਕਾਂਗੇ ਬੱਚੇ ਆਪਾਂ ਸਾਰੇ ਭਰਾਵਾਂ ਨੂੰ ਹੀ ਗਿਫਟ ਕਰਨੇ ਆ ਤੇ ਇੱਕ ਆਪਾਂ ਜਿਹੜੀ ਦੂਸਰਾ ਪਾਈ ਸੀਗੀ ਵੀਡੀਓ ਜਿਹੜੀ ਬਾਹਰ ਫੀਮੇਲ ਸੀਗੀ ਕਲੈਕਟਰ ਉਹਦੇ ਵੀ ਬੱਚੇ ਵਾਵਾ ਹੋ ਗਏ ਹੁਣ ਤੇ ਪਰ ਮੇਰੇ ਤੋਂ ਕੀ ਹੋ ਗਿਆ ਅਜਾ ਦੋ ਦਿਨ ਹੋ ਗਏ ਜਾਇਆ ਨਹੀਂ ਗਿਆਗਾ ਅੱਗੇ ਨਹੀਂ ਤਾਂ ਬਹੁਤ سارے ਘਰ ਪਾਉਂਦੇ ਰੋਟੀ ਤਾਂ ਉਹਨੂੰ ਬਹੁਤ ਦੂਸਰਾ ਵੀ ਤਿੰਨ ਚਾਰ ਘਰ ਰੋਟੀ ਪਾਉਂਦੇ ਉਹਨੂੰ ਤੇ ਆਪਣਾ ਥੋੜਾ ਜਿਹਾ ਦੂਰ ਪੈ ਜਾਂਦਾ ਉਹਨਾਂ ਦੇ ਘਰ ਥੋੜਾ ਜਿਹਾ ਨੇੜੇ ਪੈ ਜਾਂਦੇ ਆਪਣੇ ਕੋਲ ਜਾਇਆ ਨਹੀਂ ਗਿਆ ਉਧਰ ਤੇ ਉਹਦੇ ਬੱਚੇ-ਪੁੱੱਚੇ ਵੇਖੀ ਨਹੀਂ ਗਏ ਵਿਚਾਰੀ ਤੇ ਕਿਤੇ ਬੱਚੇ-ਪੁੱੱਚੇ ਪਾਣੀ ਚ ਨਾ ਗਏ ਹੁਣ ਤੇ ਚੱਲ ਕੇ ਦਿਖਾਉਨੇ ਤੁਹਾਨੂੰ ਵੀ ਉਹਦੇ ਬੱਚੇ ਲਾਓ ਜੀ ਦੇਖੋ ਬੱਚੇ ਆਰੇ ਬੱਚੇ ਸੋ ਬਹੁਤ ਸੋਨੇ ਨਿੱਕੇ ਨਿੱਕੇ ਗੁੱਲਰ ਜੀ ਪਾਉਂ ਕੋ ਦਿਓ ਆਹ ਦੇਖੋ ਪਾਉਂ ਕੋ ਦੇ ਪੈਂਦੇ ਆਏ ਬਹੁਤ ਭੜੇ ਆਹ ਦੇਖ ਥੋੜਾ ਥੋੜਾ ਪਾਣੀ ਤਾਂ ਪਿਆ ਪਰ ਇੰਤਿਆਂ ਨੂੰ ਤਾਂ ਪੂਰਾ ਕੀਤਾ ਬਹੁਤ ਭੜੇ ਆ ਗੁੱਲਰ ਜੇ ਆਹ ਦੇਖ ਨਿੱਕੇ ਨਿੱਕੇ ਗੁੱਲਰ ਨਿੱਕੇ ਨਿੱਕੇ ਗੁੱਲਰ ਜੇ ਆਰੇ ਬੱਚੇ ਦਿੱਤੇ ਸੀ ਇਹਨਾਂ ਚਾਰੇ ਸੁਰੱਖਿਤ ਆ ਪੂਰੇ ਵਧੀਆ ਹੁਣ ਤਾਂ ਭਾਲ ਹੋ ਗਏ ਹੁਣ ਤਾਂ ਕੋਈ ਡਰ ਵਾਲੀ ਗੱਲ ਨਹੀਂ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੰਮੀ ਉਹ ਵੀ ਇੱਥੇ ਫਿਰਦੀ ਸੀ ਫੀਮੇਲ ਉਹ ਬੱਚੇ ਸਾਰੇ ਸੋਹਣੇ ਆ ਇਹਨਾਂ ਨੂੰ ਸਾਰਿਆਂ ਰੋਟੀ ਪੈਂਦੀ ਵਧੀਆ ਤੇ ਸਾਰੇ ਵੇਖੋ ਕਿਵੇਂ ਪੂਰੇ ਤਗੜੇ ਆ ਗੁਰੂ ਰੁਕ ਓਏ ਗੁਰੂ ਰਾ ਮੀਂਹ ਤੋ ਬਚ ਗਏ ਇਹ ਵਿਚਾਰੇ ਮੀਂਹ ਬਹੁਤ ਤਿੰਨ ਦਿਨ ਹੋ ਗਿਆ ਲਗਾਤਾਰ ਪਈ ਜਾਂਦਾ ਤੇ ਮੀਂਹ ਤੋ ਹੋ ਗਏ ਸੁਰੱਖਿਤ ਵਧੀਆ ਬਣ ਗਏ ਹੁਣ ਤਾਂ ਬਾਲ ਹੋ ਗਏ ਪੂਰੇ ਹੁਣ ਇਹਨਾਂ ਨੂੰ ਦੂਸਰਾ ਕੋਈ ਖਤਰਾ ਕਾ ਤੇ ਨੀਤਾ ਵਿਚਾਰੇ ਇਹ ਠੰ ਆ ਦੂਸਰਾ ਜਿਹੜੇ ਹੁੰਦੇ ਆ ਬਾਹਰ ਦੀਆਂ ਕੁੱਤਿਆਂ ਦੇ ਬੱਚੇ ਬਹੁਤ ਮਰਦੇ ਆ ਤੇ ਬਾਕੀ ਇਹਨਾਂ ਦਾ ਹੁਣ ਨਾ ਮੈਂ ਵੀਡੀਓ ਵੇਖੀ ਆ ਸੀ ਕਈ YouTube ਤੇ ਤੇ ਆਪਰੇਸ਼ਨ ਕਰਨ ਲੱਗ ਗਏ ਆ ਆਪਰੇਸ਼ਨ ਕਰਕੇ ਇਹਨਾਂ ਨੂੰ ਦੂਸਰਾ ਵੀ ਜਿਹੜੀਆਂ ਫੀਮੇਲ ਆ ਜਾਂ ਮੇਲ ਆ ਉਹਨਾਂ ਦੇ ਆਪਰੇਸ਼ਨ ਕਰ ਦਿੰਦੇ ਆ ਉਹ ਅੱਗੇ ਵੀ ਬੱਚੇ ਨਹੀਂ ਪੈਦਾ ਕਰ ਸਕਦੇ ਉਹ ਵੀ ਕੰਮ ਠੀਕ ਹੈ ਯਾਰ ਮਰਨ ਨਾਲੋਂ ਤਾਂ ਆਪਰੇਸ਼ਨ ਕੀਤਾ ਠੀਕ ਹੈ ਹਨਾ ਵੀ ਉਹਨਾਂ ਨੂੰ ਮਾਰੋ ਨਾ ਅੱਗੇ ਬਰੀਡ ਪੈਦਾ ਹੋਵੇ ਨਾ ਤੇ ਇੰਨੀ ਤਾਂ ਆਪਾਂ ਕਿੰਨੀਆਂ ਵੀਡੀਓ ਵੇਖਦੇ ਆਂ ਲੋਕ ਬਹੁਤ ਇਹਨਾਂ ਨਾਲ ਵਿਚਾਰੀਆਂ ਜਿਹੜੇ ਬਾਹਰ ਵਾਲੇ ਹੈਗੇ ਆ ਕੁੱਤੇ ਉਹਨਾਂ ਨਾਲ ਬਹੁਤ ਪੈੜੀ ਕਰਦੇ ਤੇ ਬਾਕੀ ਹੁਣ ਫੇਰ ਦੁਬਾਰੇ ਬਾਕੀ ਇਹ ਕੰਮ ਬਹੁਤ ਵਧੀਆ ਲੱਗਿਆ ਮੈਨੂੰ ਜਿਹੜਾ ਇਹਨਾਂ ਨੂੰ ਵੀ ਕਰੀ ਜਾਂਦੇ ਹੈਗੇ ਆ ਅ ਦੂਸਰਾ ਜੇ ਅੱਜ ਦੀ ਆਪਣੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਸਾਰੇ ਵੀਰਾਂ ਦਾ